ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਪਟਿਆਲਾ ਤੋਂ ਲੋਕ ਸਭਾ ਸੰਸਦ ਧਰਮਵੀਰ ਗਾਂਧੀ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਨਵੇਂ ਰਾਜਸੀ ਬਦਲ ਦੇ ਰੂਪ ਦੇ ਵਿਚ ਖੇਤਰੀ ਦਲ ਬਣਾਉਣ ਦੇ ਸੰਕੇਤ ਦਿੱਤੇ ਨੇ, ਪਰ ਦੋਨਾਂ ਲੀਡਰਾਂ ਨੇ ਇਹ ਨਹੀਂ ਖੁਲਾਸਾ ਕੀਤਾ ਕਿ ਹਮਖਿਆਲੀ ਪਾਰਟੀਆਂ ਦੇ ਨਾਲ ਇਹ ਬਦਲ ਕਦੋਂ ਹੋਂਦ ਦੇ ਵਿਚ ਆਵੇਗਾ। ਦੋਨੋਂ ਲੀਡਰ ਅੱਜ ਇਨਸਾਫ ਮਾਰਚ ਦੇ ਜ਼ਿਲ੍ਹਾ ਸੰਗਰੂਰ ਦੇ ਵਿਚ ਗੁਣੇਕੇ ਪਿੰਡ ਦੇ ਵਿਚ ਪਹੁੰਚੇ ਸੀ। ਔਰ ਅਪਰੋਕਸੀਮੇਟਲੀ 150 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਪੈਦਲ ਚੱਲ ਕੇ, ਔਰ ਬਹੁਤ ਸਾਰੇ ਪਿੰਡਾਂ 'ਚੋਂ ਹੋ ਕੇ ਆ ਗਏ ਹਾਂ। ਤੱਕ ਦਮਦਮਾ ਸਾਹਿਬ ਤਲਵੰਡੀ ਤੋਂ ਸ਼ੁਰੂ ਹੋ ਕੇ 8 ਦਸੰਬਰ ਪਰਸੋਂ ਨੂੰ ਸਮਾਪਤੀ ਆ। ਪਰਸੋਂ ਅਸੀਂ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਉੱਥੇ ਜਿਹੜਾ ਪਟਿਆਲਾ ਸ਼ਹਿਰ ਦੇ ਬਾਹਰ ਮਹਿਮਦਪੁਰ ਦਾਣਾ ਮੰਡੀ, ਉੱਥੇ ਆਪਾਂ ਇੱਕ ਇਕੱਠ ਕਰਾਂਗੇ, ਔਰ ਜੋ ਪੰਜਾਬ ਦੇ ਨਾਲ ਬੇਇਨਸਾਫੀਆਂ ਹੋਈਆਂ ਜਾਂ ਹੋ ਰਹੀਆਂ ਨੇ ਉਹਨਾਂ ਦੇ ਸਾਰੇ ਚਰਚੇ ਵੀ ਕਰਾਂਗੇ ਅਤੇ ਕੋਈ ਵੱਡਾ ਫੈਸਲਾ ਵੀ ਲਵਾਂਗੇ। ਅਤੇ ਬਹੁਤ ਅੱਛਾ ਰਿਸਪੋਂਸ ਮਿਲਿਆ, ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਨੂੰ ਲੋਕਾਂ ਨੇ ਸਾਰੇ ਸਤਿਕਾਰਯੋਗ ਤਰੀਕੇ ਨਾਲ ਆਦਰ ਮਾਣ ਕੀਤਾ, ਲੰਗਰ ਬਹੁਤ ਪ੍ਰੇਮ ਪਿਆਰ ਨਾਲ ਛਕਾਇਆ, ਫੁੱਲਾਂ ਦੀ ਵਰਖਾ ਵੀ ਕੀਤੀ, ਹਰ ਕਿਸਮ ਦਾ ਆਦਰ ਮਾਣ ਸਾਨੂੰ ਮਿਲਿਆ ਵਾ। ਔਰ ਅਸਲ 'ਚ ਮੈਂ ਦੇਖ ਰਿਹਾ ਕਿ ਪਿੰਡਾਂ 'ਚ ਲੋਕ ਇੱਕ ਭਾਰੀ ਤਬਦੀਲੀ ਚਾਹੁੰਦੇ ਨੇ, ਤੰਗ ਆ ਚੁੱਕੇ ਨੇ ਇਹ ਸਾਰੀ ਲੁੱਟ ਘਸੁੱਟ ਦੇ ਰਾਜ ਤੋਂ, ਇਹ ਸਾਰੀ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ, ਜੋ ਪੰਜਾਬ ਦੇ ਵਿੱਚ ਕਿਸਾਨ ਖੇਤ ਮਜ਼ਦੂਰ ਉਹਨਾਂ ਦੇ ਚਿਹਰੇ ਲੱਥੇ ਪਏ ਨੇ, ਮਾਯੂਸੀ ਆ ਸਾਰੇ ਪਾਸੇ, ਉਦਾਸੀ ਦਾ ਆਲਮ ਆ। ਸੋ ਇਸ ਕਰਕੇ ਇਸ ਇਨਸਾਫ ਮਾਰਚ ਨੇ ਲੋਕਾਂ ਨੂੰ ਜਾਗਰੂਕ ਕੀਤਾ ਵਾ, ਲਾਮਬੰਦ ਕੀਤਾ ਵਾ ਅਤੇ ਇੱਕ ਲੋਕ ਲਹਿਰ ਪੈਦਾ ਕਰਨ ਦਾ ਉਪਰਾਲਾ ਕੀਤਾ। ਪਰਸੋਂ ਪਾਰਟੀ ਦਾ ਵੀ ਐਲਾਨ ਹੋ ਸਕਦਾ ਨਵੀਂ ਗੱਠਜੋੜ? ਅਸੀਂ ਸਾਰਾ ਵਿਚਾਰ ਕਰਕੇ ਸਾਰੇ ਆਪਣੇ ਹਮ ਖਿਆਲ ਬੰਦਿਆਂ ਦੇ ਨਾਲ ਅਤੇ ਅਗਲਾ ਰਣਨੀਤੀ ਬਣਾਵਾਂਗੇ, ਔਰ ਉਸ ਹਿਸਾਬ ਨਾਲ ਆਪਾਂ ਪ੍ਰੋਗਰਾਮ ਉਲੀਕਾਂਗੇ। ਜ਼ਿਆਦਾ ਜਿਹੜਾ 3 ਧਿਰਾਂ ਇਸ ਮਾਰਚ ਵਿੱਚ, ਬੈਂਸ ਬ੍ਰਦਰਸ, ਡਾਕਟਰ ਧਰਮਵੀਰ ਗਾਂਧੀ ਔਰ ਜਿਹੜੇ ਸਾਡੇ ਨਾਲ 8 MLA ਨੇ, ਅਸੀਂ ਚਾਹੁੰਦੇ ਹਾਂ ਕਿ ਇੱਕ ਸਾਫ਼ ਸੁਥਰਾ ਬਦਲ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾਵੇ। ਉਹਦੀ ਟਾਈਮਿੰਗ ਐਗਜੈਕਟ ਕਦੋਂ ਹੋਵੇਗਾ, ਕਦੋਂ ਕਰਨਾ, ਉਹ ਅਸੀਂ ਬਾਅਦ ਵਿੱਚ ਦੱਸਾਂਗੇ। ਅਤੇ ਸੈਸ਼ਨ ਹੋਇਆ ਜੀ ਕੱਲ੍ਹ ਪੰਜਾਬ, ਮੇਰਾ ਖਿਆਲ ਇਹਦੇ ਨਾਲ ਉਹ ਬੋਗਸ ਸੈਸ਼ਨ ਮੈਂ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਦੇਖਿਆ। 6 ਮਹੀਨਿਆਂ ਬਾਅਦ ਮਹਿਜ਼ 1 ਦਿਨ ਦਾ ਸੈਸ਼ਨ, ਕੱਲ੍ਹ ਸ਼ਰਧਾਂਜਲੀ ਦੇ ਕੇ ਉੱਠ ਕੇ ਅੱਜ 5 ਬਿੱਲ ਨੇ, ਔਰ ਉਹਨਾਂ ਬਿੱਲਾਂ ਵਿੱਚੋਂ 1 ਬਿੱਲ ਇਹੋ ਜਿਹਾ ਜਿਹੜਾ ਆਪਣੇ ਆਪ ਨੂੰ ਹੀ ਵਿਧਾਨ ਸਭਾ ਫਾਇਦਾ ਦੇ ਗਈ। MLAਆਂ ਦੀ ਅਤੇ ਮਿਨਿਸਟਰਾਂ ਦੀ ਤਨਖਾਹਾਂ ਵਧਾ ਦਿੱਤੀਆਂ ਨੇ, ਜਦਕਿ ਲੋਕ ਛੋਟੀਆਂ ਛੋਟੀਆਂ ਸਹੂਲਤਾਂ ਤੋਂ ਵਾਂਝੇ ਨੇ, ਪੈਨਸ਼ਨਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਪਿੰਡਾਂ ਦੇ ਵਿੱਚ, ਆਂਗਨਵਾੜੀ ਟੀਚਰਸ ਆਂਗਨਵਾੜੀ ਵਰਕਰਾਂ ਵਿਚਾਰੀਆਂ ਆਪਣੀਆਂ ਨੌਕਰੀਆਂ ਲੱਭ ਰਹੀਆਂ ਨੇ, ਟੀਚਰ ਜਿਹੜੇ ਨੇ ਉਹਨਾਂ ਨੂੰ ਲੇਬਰ ਰੇਟ ਦੇ ਉੱਤੇ ਤਨਖਾਹ ਦੇ ਰਹੀ ਸਰਕਾਰ। ਗੰਨੇ ਦੇ ਜਿਹੜੇ ਕਾਸ਼ਤਕਾਰ ਨੇ ਉਹ ਪਿਛਲੇ ਸਾਲ ਦਾ ਬਕਾਇਆ 410 ਕਰੋੜ ਰੁਪਇਆ ਲੱਭ ਰਹੇ ਨੇ। ਸੋ ਪੰਜਾਬ ਸਰਕਾਰ ਕੋਲ ਵੈਸੇ ਕਿਸੇ ਵੀ ਅੱਛੇ ਕੰਮ ਵਾਸਤੇ ਪੈਸੇ ਨਹੀਂ ਗੇ, ਪਰ MLAਆਂ ਦੀਆਂ ਮੰਤਰੀਆਂ ਦੀਆਂ ਤਨਖਾਹਾਂ ਵਧਾਉਣ ਵਾਸਤੇ ਇਹਨਾਂ ਦੇ ਕੋਲ ਸਾਰਾ ਕੁਛ ਹੈ, ਗੱਡੀਆਂ ਲੈਣ ਲਈ ਇਹਨਾਂ ਕੋਲ ਪੈਸੇ ਹੈਗੇ ਆ, ਹੈਲੀਕਾਪਟਰ ਚੜਾਉਣ ਲਈ, ਚੜ੍ਹਨ ਲਈ ਇਹਨਾਂ ਕੋਲ ਪੈਸੇ ਆ। ਇਸ ਲਈ ਇਹ ਜਿਹੜਾ ਅੱਜ ਦਾ 1 ਦਿਨ ਦਾ ਸੈਸ਼ਨ ਹੈ 6 ਮਹੀਨੇ ਬਾਅਦ, ਇਹ ਕੋਝਾ ਮਜ਼ਾਕ ਹੈ ਉਸ ਪਵਿੱਤਰ ਸਦਨ ਦੇ ਨਾਲ, ਔਰ ਲੋਕਾਂ ਦੇ ਇੰਨੇ ਮਸਲੇ ਨੇ ਪੈਂਡਿੰਗ, ਐਜੂਕੇਸ਼ਨ ਦੇ, ਹੈਲਥ ਕੇਅਰ ਦੇ, ਰੁਜ਼ਗਾਰ ਦੇ, ਨਸ਼ਿਆਂ ਦਾ ਮਸਲਾ ਵਾ, ਆਤਮ ਹੱਤਿਆ ਹੋ ਰਹੀਆਂ ਕਿਸਾਨ, ਅਤੇ ਉਹ ਤਾਂ ਇੱਥੇ ਡਿਸਕਸ ਹੋਣਗੀਆਂ ਨਹੀਂ। ਇਸ ਕਰਕੇ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ, ਮੈਂ ਸਮਝਦਾ ਕਿ ਇੱਕ ਦਿਨ ਦੀ ਕਾਰਵਾਈ ਨੂੰ ਅਸੀਂ ਡਰਾਮਾ ਕਰਾ ਦਿੰਦੇ ਹਾਂ। ਇਹਨੂੰ ਵਧਾਉਣ ਦੀ ਮੰਗ ਕਰੋਗੇ ਕਿ ਇਹ ਤਾਂ ਘੱਟੋ ਘੱਟ ਆਟੋਮੈਟਿਕਲੀ 6 ਮਹੀਨੇ ਬਾਅਦ, ਐਟਲੀਸਟ 15 ਦਿਨ ਤਾਂ ਚਾਹੀਦੇ ਨਾ ਸੈਸ਼ਨ ਦੇ, ਤਾਂ ਕਿ ਸਾਰਾ ਹਿਸਾਬ ਤਾਂ ਪੰਜਾਬ ਦਾ ਕੀਤਾ ਜਾਵੇ। ਅਫਸਰਸ਼ਾਹੀ ਨੂੰ ਉਦੋਂ ਡਰ ਹੁੰਦਾ ਕਿ ਸਾਡੇ ਅਗਰ ਅਸੀਂ ਗਲਤ ਕੰਮ ਕਰਾਂਗੇ ਪੰਜਾਬ ਦੀ ਵਿਧਾਨ ਸਭਾ 'ਚ ਸਾਡਾ ਮਸਲਾ ਉੱਠ ਸਕਦਾ, ਅਤੇ ਹੁਣ ਅਫਸਰਾਂ ਨੂੰ ਪੂਰੀ ਖੋਲ੍ਹਿਆ ਕਿ 6 ਮਹੀਨੇ ਬਾਅਦ 1 ਦਿਨ ਮਿਲਣਾ ਵਾ ਅਤੇ ਕਿਹੜਾ ਇਹ ਮਸਲਾ ਲੈਣਗੇ ਅਤੇ ਕਿਹੜਾ ਛੱਡਣਗੇ। ਇਸ ਲਈ ਇਹਦੀ ਮਿਆਦ ਹਰ 6 ਮਹੀਨੇ ਬਾਅਦ ਇੱਕ ਘੱਟੋ ਘੱਟ 15 ਦਿਨ ਵਾਸਤੇ ਸੈਸ਼ਨ ਮਿਲਣਾ ਚਾਹੀਦਾ, ਜਾਂ ਜੇ 3 ਵਾਰ ਸਾਲ ਵਿੱਚ ਮਿਲਦਾ ਵਾ ਤਾਂ ਇਹ
ਤਿੰਨੇ ਦਫਾ 15-15 ਦਿਨ ਦੇ ਸੈਸ਼ਨ ਹੋਣੇ ਚਾਹੀਦੇ। ਕੋਈ ਹੋਰ ਕੋਈ ਨਵਾਂ ਬਿਆਨ ਦੇਣਾ ਚਾਹੁੰਦੇ ਹੋ ਅੱਜ ਦੇ? ਅਸੀਂ ਤਾਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਕੱਲ ਪਰਸੋਂ ਨੂੰ ਅਸੀਂ 16 ਦਸੰਬਰ ਐਤਵਾਰ ਵਾਲੇ ਦਿਨ ਸਾਰੇ ਪੰਜਾਬ ਨੂੰ ਸੱਦਾ ਦਿੱਤਾ ਵਾ। ਸਭ ਨੂੰ ਬੇਨਤੀ ਆ ਕਿ 11 ਵਜੇ ਮਹਿਮਦਪੁਰ ਮੰਡੀ ਪਹੁੰਚੋ, ਆਓ ਆਪਾਂ ਪੰਜਾਬ ਦੇ ਭਵਿੱਖ ਬਾਰੇ ਔਰ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਉਹਦੇ ਖਿਲਾਫ ਆਵਾਜ਼ ਲਾਮਬੰਦ ਕਰੀਏ। ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ? ਮਿਲ ਰਿਹਾ, ਲੋਕਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ, ਪੰਜਾਬ ਦੀਆਂ ਮੰਗਾਂ ਹੈਗੀਆਂ ਔਰ ਪਹਿਲਾਂ ਅਕਾਲੀ ਸਰਕਾਰ ਕੇਂਦਰ ਸਰਕਾਰ ਜਿਸ ਤਰ੍ਹਾਂ ਲੋਕਾਂ ਨਾਲ ਬੇਇਨਸਾਫੀ ਕਰ ਰਹੀ ਹੈ, ਧੱਕਾ ਕਰ ਰਹੀ ਹੈਗੀ ਹੈ, ਹਰ ਫਰੰਟ 'ਤੇ ਜੋ ਵਾਅਦੇ ਤੋਂ ਮੁੱਕਰ ਗਈ ਹੈਗੀ ਹੈ, ਜਿਹਦੇ 'ਚੋਂ 3 ਮੁੱਖ ਮੁੱਦੇ ਸੀ ਕਿ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਅਤੇ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੇ ਸੀਗੇ ਸ਼ਰਧਾਲੂ, ਉਹਨਾਂ 'ਤੇ ਅੱਤਿਆਚਾਰ ਕੀਤੇ ਨੇ, ਗੋਲੀਆਂ ਚਲਾਈਆਂ ਨੇ, ਉਹਨਾਂ ਵਾਸਤੇ ਇਨਸਾਫ ਲੈਣਾ, ਪੰਜਾਬ ਦੇ ਨੌਜਵਾਨਾਂ 'ਚ ਜੋ ਬੇਰੁਜ਼ਗਾਰੀ ਹੈਗੀ ਹੈ, ਜੋ ਨਸ਼ੇ ਹੈਗੇ ਹੈ, ਉਹ ਜੋ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਉਹਦੇ ਬਾਰੇ ਸਰਕਾਰ ਨੂੰ ਗੱਲ ਕਰਨੇ ਹੈਗੇ ਅਤੇ ਲੋਕਾਂ ਨੂੰ ਸੂਝਵਾਨ ਬਣਾਉਣਾ ਹੈਗਾ। ਅਤੇ ਤੀਜਾ ਵੱਲੋਂ ਜੋ ਪੰਜਾਬ ਦੀ ਕਿਸਾਨੀ ਹੈ ਜਿਸ ਸੰਕਟ ਦਾ ਸ਼ਿਕਾਰ ਹੈ, ਕਰਜ਼ਾਈ ਹੈਗੀ ਹੈ ਔਰ ਜਿਸ ਤਰ੍ਹਾਂ ਜਿਹੜੀ ਖੇਤੀ ਹੈ ਉਹ ਲਾਹੇਵੰਦਾ ਧੰਦਾ ਨਹੀਂ ਹੈਗੀ ਹੈ, ਅਤੇ ਉਹਦੇ 'ਚ ਜੋ ਹੈ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਕਰਜ਼ੇ ਦੀ ਮਾਰ ਹੇਠ ਆ ਕੇ, ਉਹਨਾਂ ਬਾਰੇ ਜੋ ਇਨਸਾਫ ਲੈਣਾ ਸਰਕਾਰ ਕੋਲ, ਇਹਨਾਂ ਤਿੰਨਾਂ ਬਾਰੇ ਤਿੰਨ ਪੰਜਾਬ ਪੱਖੀ ਤਰ੍ਹਾਂ ਖਹਿਰਾ ਟੀਮ ਇਨਸਾਫ ਪਾਰਟੀ ਟੀਮ ਪੰਜਾਬ ਮੰਚ ਤਿੰਨਾਂ ਨੇ ਇਕੱਠੇ ਹੋ ਕੇ ਤਲਵੰਡੀ ਸਾਬੋ ਤੋਂ ਜੋ ਮਾਰਚ ਸ਼ੁਰੂ ਕੀਤਾ ਹੈ, ਜਿਹੜਾ ਦਰਜਨਾਂ ਪਿੰਡਾਂ 'ਚ ਹੁੰਦਾ ਹੋਇਆ, ਅਨੇਕਾਂ ਪੜਾਵਾਂ 'ਚ ਲੰਘਦਾ ਹੋਇਆ ਅੱਜ ਪਿੰਡ ਗੁਰੀਕੇ ਵਿਖੇ ਪਹੁੰਚਿਆ ਹੈਗਾ ਹੈ। ਅਤੇ ਮੈਂ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਕੇ ਕਰਮਸਾਰੀ ਮੈਂ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਰਚ ਬਾਰੇ ਅੱਜ ਇੱਥੇ ਮਾਰਚ ਸ਼ਾਮਲ ਹੋਇਆ ਹੈਗਾ। ਅਤੇ ਅਸੀਂ ਮਤਲਬ ਜੋ ਪੰਜਾਬ ਪੱਖੀ ਧਿਰਾਂ ਨੇ, ਕਿੰਨੇ ਧਿਰਾਂ ਨੇ, ਇਹਨਾਂ ਨੇ ਤਹੀਆ ਕੀਤਾ ਹੈਗਾ ਕਿ ਜਿਹੜੀ ਕੇਂਦਰੀਵਾਦੀ ਸਿਆਸਤ ਦੀ ਪ੍ਰਤੀਨਿਧ ਧਿਰਾਂ ਨੇ ਪੰਜਾਬ ਵਿੱਚ, ਕਾਂਗਰਸ ਅਤੇ ਭਾਜਪਾ ਅਕਾਲੀ ਗਠਜੋੜ, ਇਹਨਾਂ ਦੋਹਾਂ ਨੂੰ ਜੇ ਸ਼ਿਕਸਤ ਦੇਣੀ ਹੈਗੀ ਹੈ ਤਾਂ ਪੰਜਾਬ ਪੱਖੀ ਧਿਰਾਂ ਨੂੰ ਇਕੱਠੇ ਹੋਣਾ ਪੈਣਾ ਹੈਗਾ ਹੈ। ਉਹਨਾਂ ਨੂੰ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਅਧਿਕਾਰਾਂ ਦੀ, ਜੋ ਪੰਜਾਬ ਦੀ ਲੁੱਟ ਸੁੱਟ ਹੈ, ਜੋ ਪੰਜਾਬ ਨਾਲ ਧੋਖਾ ਹੈ, ਪੰਜਾਬ ਨਾਲ ਸਾਜ਼ਿਸ਼ਾਂ ਹੈਗੀਆਂ, ਕੇਂਦਰ ਵੱਲੋਂ ਕੀਤੀਆਂ ਗਈਆਂ, ਚਾਹੇ ਇੱਥੋਂ ਦੇ ਹਾਕਮ ਸੀਗੇ, ਉਹਨਾਂ ਦੇ ਛੁੱਲੇ ਸੀ, ਜੋ ਉਹਨਾਂ ਦੇ ਚਮਚੇ ਸੀਗੇ, ਜੋ ਉਹਨਾਂ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਗਿਆ, ਲੁੱਟਿਆ ਕੁੱਟਿਆ ਚੱਟਿਆ ਚੁੰਡਿਆ ਗਿਆ, ਉਸ ਦੇ ਖਿਲਾਫ਼ ਪੰਜਾਬ ਪੱਖੀ ਧਿਰਾਂ ਨੂੰ ਇਕੱਠੇ ਹੋ ਕੇ ਮਹਾਜ ਬਣਾਉਣਾ ਪੈਣਾ ਹੈਗਾ ਤਾਂ ਕਿ ਆਉਣ ਵਾਲੇ ਸਮੇਂ ਪੰਜਾਬ ਨੂੰ ਸਹੀ ਰਸਤੇ ਪਾਇਆ ਜਾ ਸਕੇ ਅਤੇ ਪੰਜਾਬ ਦੇ ਸਿਰ 'ਤੇ ਮੁੜ ਕੇ ਇਹਦੀ ਸ਼ਾਨਾ ਮੱਤੀ ਕਰੀ ਕਲਗੀ ਸਜਾਈ ਜਾ ਸਕੇ। ਪੰਜਾਬ ਦੇ ਜਿਹੜਾ ਸੈਸ਼ਨ ਹੋਏਗਾ ਕੱਲ੍ਹ, ਉਹਨੂੰ ਕਿਵੇਂ ਦੇਖਦੇ? ਉਹ ਸੈਸ਼ਨ ਹੋਰ ਤਾਂ ਕੁਛ ਹੋਣਾ ਨਹੀਂ ਹੈਗਾ, ਡੇਢ ਦਿਨ ਸੈਸ਼ਨ ਕੀ ਹੁੰਦਾ ਹੈਗਾ, ਮਤਲਬ ਘੱਟੋ ਘੱਟ ਲੋਕਾਂ ਦੇ ਮੁੱਦੇ ਡਿਸਕਸ ਕਰਨ ਵਾਸਤੇ ਟਾਈਮ ਤਾਂ ਚਾਹੀਦਾ ਨਾ। ਸੋ ਉਹ ਤੁਸੀਂ ਇਹਦਾ ਮਜ਼ਾਕ ਹੈ ਕਿਸੇ ਜਮਹੂਰੀਅਤ ਨਾਲ, ਅੱਜ ਹੋਏ ਤਨਖਾਹ ਵਧਾਈਆਂ ਹੈਗੀਆਂ, ਜਦਕਿ ਪੰਜਾਬ ਸੰਕਟ ਦਾ ਸ਼ਿਕਾਰ ਹੈ, ਸਰਕਾਰ ਕਹਿੰਦੀ ਮੇਰੇ ਪੱਲੇ ਪੈਸਾ ਹੈ ਨਹੀਂ ਹੈ, ਮੁਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਹੈ ਨਹੀਂ ਹੈਗੀ, ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਲੋਕਾਂ ਦੇ ਭੱਖਵੇਂ ਮੁੱਦੇ ਨੇ, ਬੱਚਿਆਂ ਨੂੰ ਰੁਜ਼ਗਾਰ ਹੈ ਨਹੀਂ ਹੈ, ਅਤੇ ਸਰਕਾਰ ਇਹਦੇ ਜਿਹੜੇ ਸਰਕਾਰ ਹੈ ਅਤੇ ਸਾਰੇ MLA ਸਹਿਮਾਨ ਹੈ ਇਸ ਮੌਕੇ ਖਜ਼ਾਨਾ ਖਾਲੀ ਹੈ ਪਰ ਆਪਣੇ ਵਾਸਤੇ ਕੋਈ ਖਾਲੀ ਨਹੀਂ ਹੈ, ਜਦੋਂ ਲੋੜ ਸਮਝਦੇ ਨੇ ਉਦੋਂ ਹੀ ਮਤਲਬ ਉਹ ਆਪਣੀ ਤਨਖਾਹ ਵਧਾ ਕੇ ਬਹਿ ਜਾਂਦੇ ਨੇ ਔਰ ਜਿਸ ਤਰ੍ਹਾਂ ਤਨਖਾਹ ਵਧਾਈਆਂ ਗਈਆਂ, ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਪੰਜਾਬ ਦੀ ਵਿੱਤੀ ਹਾਲ ਦੇਖ ਕੇ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈਗਾ ਔਰ ਜੋ ਲੋਕਾਂ ਦਾ ਜੀਵਨ ਪੱਧਰ ਹੈਗਾ, ਜੇ ਉਹ ਲੋਕ ਉਸ ਇੰਨੀ ਮਾੜੀ ਹਾਲਤ ਜੀ ਸਕਦੇ ਨੇ ਤਾਂ ਜਿਹੜੇ MLA ਨੇ, MLA ਜੋ ਉਹਨਾਂ ਦੀ ਹਾਲਤ ਪੰਜਾਬ ਦੇ ਲੋਕਾਂ ਨਾਲੋਂ ਮਾੜੀ ਨਹੀਂ ਹੈ, ਹਜ਼ਾਰਾਂ ਗੁਣਾ ਚੰਗੀ ਹੈਗੀ ਹੈ, ਉਹਨਾਂ ਨੇ ਸਹੂਲਤ ਛੱਡ ਕੇ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਹੈ ਉਹਨਾਂ ਦੇ ਹੱਲ ਕਰਨ ਵੱਲ ਵਧਣਾ ਚਾਹੀਦਾ ਹੈਗਾ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ।